लुधियाना दे विच इक वड्डा हादसा वापरिया है जिथे एक रिफाइंड नाल भरिया टैंकर पलट गया है। रिफाइंड नाल भरिया टैंकर पुल तो हेठा उतर रहा सी ते बेकाबू हो के वह टैंकर उत्थे पलट गया, जिस कारण सारा रिफाइंड सड़क ते रुड़ गया ते लोकां नूं आण जाण च मुश्किलां दा सामना करना पै रहा है। तुसीं तस्वीरां च वी देख सकदे हो कि किवें लोक उस रिफाइंड नूं अपनियां बाल्टियां च भरदे वी नजर आ रहे ने, अपने घरां नूं खड़दे नजर आ रहे ने। तुहानूं दस दईए कि उत्थे ही पुलिस हादसियां नूं रोकण लई मिट्टी पाउंदी वी नजर आ रही है कि लोकां नूं आउण जाण दे मुश्किल ना होवे, इस लई उस जगह ते मिट्टी पाउंदी वी नजर आ रही है। इस दौरान एक व्यक्ति इस हादसे दा शिकार होया। तुहानूं दस दईए कि ओह व्यक्ति सैर कर रहा सी ते जो इस हादसे दी चपेट च आया है। दसिया जा रहा है कि ओह व्यक्ति जख्मी होया है, उस दीआं लत्तां दोनों ही टुट गईआं ने। इस घटना मगरों सड़क ते भारी ट्रैफिक जाम भी लग्गिया। राहत वाली गल यह रही कि यह हादसा उस समय वापरिया जदों सड़क ते ट्रैफिक घट हुंदा है, लिहाजा मौके ते पुलिस वल्लों रस्ते नूं बंद करके दूसरे पासे रस्ता बनाया गया। इत्थे यह भी दसण योग है कि काफी लम्मा ट्रैफिक जाम भी लग्गिया रहा, पर पुलिस ने रूट नूं डिवाइड कर दिता सी। उत्थे लोग तिलकदे भी नजर आ रहे ने, डिग भी रहे ने, पर पुलिस अधिकारी उत्थे मिट्टी पाउंदे नजर आ रहे ने। इस मामले ते पुलिस अधिकारियों ने की कुछ किया, आओ ओह भी सुनदे आं। टैंकर कांडले तो गुजरात चो आया सीगा और इत्थों कंडा करा के सवेरे 4:30 बजे खाली करन जा रहा सीगा, जिहड़ा अगे अपने जलंधर बाईपास तो अंदर आउंदे आ शिवजी मंदिर कोल, ते इत्थे इक डिवर्सन पैंदा। ਉਹ ਡਿਵਰਸ਼ਨ ਤੋਂ ਜਦੋਂ ਡਰਾਈਵਰ ਨੇ ਨੀਚੇ ਉਤਾਰਿਆ ਡਾਊਨ ਪੈਂਦਾ ਤੇ ਮਾਲ ਨੇ ਮਗਰੋਂ ਧੱਕਾ ਮਾਰਿਆ ਤੇ ਗੱਡੀ ਬੇਕੰਟਰੋਲੀ ਹੋ ਗਈ ਪਲਟ ਗਈ। ਕੀ ਕਾਰਨ ਕੀ ਹੈ ਪਲਟਣ ਦਾ, ਕੋਈ ਕਟਾਈ ਦੇ ਵਿੱਚ ਫਰਕ ਹੈ ਤੇ? ਨਹੀਂ ਜੀ, ਕਟਾਈ 'ਚ ਨਹੀਂ, ਜਿਵੇਂ ਕਿ ਡਾਊਨ ਪੈਂਦਾ ਇੱਕਦਮ ਮੋੜ ਆ ਗਿਆ, ਡਿਵਰਸ਼ਨ ਆ ਗਿਆ ਔਰ ਮਾਲ ਧੱਕਾ ਮਾਰਿਆ ਜਦੋਂ ਮਾਲ ਨੇ, ਹੋ ਸਕਦਾ ਕੋਈ ਇੱਥੇ ਚਿਕੜੀ ਹੋਵੇ ਪਾਣੀ ਪੂਣੀ ਰੋਡ 'ਤੇ, ਉਸ ਕਰਕੇ ਜਦ ਉਹਨੇ ਬ੍ਰੇਕ ਮਾਰੀ ਗੱਡੀ ਨੇ ਨਹੀਂ ਬ੍ਰੇਕ ਮੰਨੀ, ਉਹ ਕੱਟ ਮਾਰਿਆ ਤਾਂ ਗੱਡੀ ਪਲਟ ਗਈ, ਝੋਲ ਮਾਰ ਕੇ ਕੱਟ ਮਾਰ। ਕਿਹੜੀ ਫਰਮ ਦੀ ਗੱਡੀ ਆਈ ਹੈ? ਇਹ ਹੈਗੀ ਜੀ ਸਿੰਧਾ ਟੈਂਕਰ ਟਰਾਂਸਪੋਰਟ। ਤੇ ਤੁਸੀਂ ਕੌਣ ਹੋ ਜੀ? ਓਨਰ ਹੋ ਇਹਨਾਂ? ਹਾਂ, ਮੈਂ ਟਰਾਲੇ ਦਾ ਓਨਰ ਹਾਂ ਜੀ। ਟਰਾਲੇ ਦੇ ਓਨਰ? ਹਾਂ ਜੀ ਹਾਂ ਜੀ। ਤੇ ਕਿਹੜੀ ਜਗ੍ਹਾ ਤੋਂ ਆਇਆ ਸੀ, ਕਿਹੜੀ ਜਗ੍ਹਾ ਜਾਣਾ ਸੀ? ਇਹ ਗੁਜਰਾਤ ਕਾਂਡਲਾ ਤੋਂ ਆਇਆ ਸੀਗਾ, ਲੁਧਿਆਣੇ ਖਾਲੀ ਆਉਣਾ। ਕਿੰਨਾ ਇਹਦੇ ਦੇ ਵਿੱਚ ਤੇਲ ਸੀ, ਕਿਹੜਾ ਤੇਲ, ਡੀਜ਼ਲ ਸੀ, ਕਿਹੜਾ ਸੀ? ਇਹ ਜੀ ਰਿਫਾਈਂਡ ਖਾਣ ਵਾਲਾ ਤੇਲ ਸੀਗਾ ਜੀ। ਕਿੰਨੇ ਕਿੰਨੇ ਦਾ ਲਗਭਗ ਨੁਕਸਾਨ ਆਈ ਹੈ? ਪਤਾ ਨਹੀਂ, ਕੁਛ ਅੰਦਾਜ਼ ਜੀ, ਮੇਰੇ ਖਿਆਲ 'ਚ ਬਿੱਲ ਦੀ ਅਮਾਊਂਟ ਹੋਊਗੀ 60-65 ਲੱਖ ਦੀ ਸ਼ਾਇਦ, ਮੈਂ ਧਿਆਨ ਨਹੀਂ, ਮੈਨੂੰ ਪੱਕਾ ਪਤਾ ਨਹੀਂ, 60-65 ਲੱਖ ਦਾ ਕਰੀਬ ਜਾਣੀ ਅੰਦਾਜ਼। ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਮੇਰੀ ਜਿੰਨੀ ਕੁ ਡਰਾਈਵਰ ਨਾਲ ਗੱਲ ਹੋਈ ਆ, ਨਹੀਂ ਉਹਦਾ ਡਰਾਈਵਰ ਕਨੈਕਟਰ ਦੇ ਸੱਟਾਂ ਨੇ, ਕੋਈ ਖਾਸ ਨਹੀਂ ਜੀ, ਡਰਾਈਵਰ ਕਹਿੰਦਾ ਹੋਰ ਕੋਈ ਨੁਕਸਾਨ ਨਹੀਂ। ਠੀਕ ਹੈ, ਗੱਡੀ ਨੰਬਰ 50 ਦਾ ਹੀ? ਹਾਂ ਜੀ, PV 13B 92902। ਮੈਟਰੇ ਹੋਇਆ ਵੀ ਸਾਡੇ ਪਹਿਲੀ ਡਿਊਟੀ ਚੜ੍ਹੇ ਮੁੰਡੇ, ਉਹਨਾਂ ਸਾਨੂੰ ਦੱਸਿਆ ਉੱਥੇ ਕੈਂਟਰ ਪਲਟਿਆ ਆ, 4:30 ਵਜੇ ਦੀ ਗੱਲ ਹੈ ਤੀਜੀ ਕਰਕੇ। ਉਹਦੇ ਵਿੱਚ ਇੱਕ ਬੰਦਾ ਸੈਰ ਕਰਦਾ ਸੀ ਰਾਹਗੀਰ, ਕੋਈ ਉਹਦੇ ਲੱਤਾਂ ਸੱਟ ਲੱਗੀ ਹੈ, ਉਹਦੇ ਮੇਰੇ ਸ਼ਾਇਦ ਲੱਤਾਂ ਲੱਗ ਗਈ ਹੋਈਆਂ ਮੇਰੇ ਹਿਸਾਬ ਨਾਲ, ਤਾਂ ਅਤੇ ਉਹਨੂੰ ਸਿਵਲ ਹਸਪਤਾਲ ਪਹੁੰਚਾਤਾ। ਸਿਰਫ ਉਹ ਇੰਨਾ ਕੀ ਬੋਲਿਆ ਗਿਆ ਵੀ ਮੈਂ ਸਲੇਮ ਡੱਬ ਦੇ ਰਿਹਾ ਨਾਲ, ਉਸ ਤੋਂ ਬਾਅਦ ਐਬੂਲੈਂਸ ਮੰਗਾਈ, ਟੂਲ ਪਰ ਲੱਗਿਆ ਖੜ੍ਹਦੀ ਗੱਡੀ ਐਬੂਲੈਂਸ, ਉਹਦਾ ਨੰਬਰ ਲਿਆ, ਉਹਨੂੰ ਫੋਨ ਵਗੈਰਾ ਲਾ ਕੇ ਹਸਪਤਾਲ ਚੱਲਦਾ। ਉਹਦੀ ਕੋਈ ਵੀਡੀਓ ਵਗੈਰਾ, ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹਦੀਆਂ ਲੱਤਾਂ ਕੱਟੀਆਂ ਗਈਆਂ ਨੇ? ਉਹਦੀ ਫੋਟੋ ਹੈਗੀ ਮੇਰੇ ਕੋਲ। ਦੋਵੇਂ ਲੱਤਾਂ ਕੱਟੀਆਂ ਗਈਆਂ ਉਹਦੀਆਂ? ਮੈਨੂੰ ਲੱਗਦਾ ਦੋ ਐਸਾ ਨਾ ਪਿਆ ਦੁਨੀਆਂ ਤੱਕ ਕੱਟੀ ਹੋਈ, ਮੇਰੇ ਖਿਆਲ ਅਲੱਗ ਹੋਈ ਨਹੀਂ ਲੱਗੀ। ਅਤੇ ਸਰ ਕੀ ਮੈਟਰ ਕਿੱਦਾਂ ਦੀ? ਇਹ ਹੁਣ ਰੋਡ ਆ, ਰੋਡ ਤੋਂ ਜਦੋਂ ਉਤਰਾਈ ਉਤਰਦੇ ਹਾਂ, ਜਿਹੜੀ ਗੱਡੀ 'ਚ ਤੇਲ ਡੀਜ਼ਲ ਦੁੱਧ ਪਾਣੀ ਜੋ ਮਰਜ਼ੀ ਉਹ ਝੋਲ ਮਾਰਦਾ ਮਾਰਦਾ ਆ, 32 ਟਨ ਮਾਲ ਸੀ ਇਹਦੇ ਵਿੱਚ, 32 ਟਨ ਨਹੀਂ ਨਾ ਵੇਟ ਹੋਇਆ ਆ, ਜਿਹੜੀ ਗੱਡੀ ਕੋਈ ਨਾਲ ਹੋਰ ਸੀ ਹੋਇਆ ਸੀਗਾ, ਕਹਿੰਦੇ ਅਸੀਂ ਇਕੱਠੇ ਕੰਡਾ ਕਰਾ, ਹਾਂ ਥੋੜ੍ਹੇ ਖਾਲੀ ਹੁੰਦਾ ਆ ਇਹ ਝੋਲ ਮਾਰ ਜਾਂਦਾ, ਹਾਂ 32 ਟਨ ਦੱਸਿਆ, ਕਹਿੰਦਾ ਮੇਰੇ ਨਾਲ ਗੱਡੀ ਕੰਡਾ ਕਰਾ ਗਈ ਆ। ਉਹ ਥਾਣਾ ਸੁੰਦਰ ਨਗਰ ਦਾ ਪੈਂਦਾ ਆ। ਇਹਨੂੰ ਦੱਸ ਦਿਓ ਆਪਣੇ ਸਿਵਲਿੰਗ ਚਾਂਸਨ ਚਾਂਸਨ ਉਰਲੀ ਸਾਈਡ ਥਾਣਾ ਦੇ ਰਿਸ਼ਤੇ ਪੈਂਦਾ।